ਤੁਸੀਂ ਦੇਖ ਰਹੇ ਹੋ ਦਾ ਟੀਵੀ NRI ਤੇ ਮੈਂ ਹਾਂ ਇੰਦਰਜੀਤ ਸਿੰਘ ਚਾਹਲ। ਪੂਰਾ ਦੇਸ਼ 29 ਅਗਸਤ ਨੂੰ ਇੱਕ ਵਾਰ ਫਿਰ ਰਾਸ਼ਟਰੀ ਖੇਡ ਦਿਵਸ ਮਨਾਉਣ ਜਾ ਰਿਹਾ ਹੈ, ਪਰ ਹਰ ਵਾਰ ਰਾਸ਼ਟਰੀ ਖੇਡ ਦਿਵਸ ਮੌਕੇ ਖਿਡਾਰੀਆਂ ਵੱਲੋਂ, ਖਾਸ ਕਰਕੇ ਹਾਕੀ ਪ੍ਰੇਮੀਆਂ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਆਖਰ ਕਦੋਂ ਭਾਰਤ ਰਤਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਕਈ ਸਾਲਾਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਰਤਨ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਸਨਮਾਨਯੋਗ ਪੁਰਸਕਾਰ ਹੈ, ਉਹ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਦੇਣਾ ਚਾਹੀਦਾ ਹੈ। ਇਸ ਦੀ ਮੰਗ ਲਗਾਤਾਰ ਹੋ ਰਹੀ ਹੈ। ਹਾਲਾਂਕਿ 1956 ਦੇ ਵਿੱਚ ਭਾਰਤ ਭੂਸ਼ਣ ਜਿਹੜਾ ਅਵਾਰਡ ਹੈ ਦੇਸ਼ ਦਾ, ਉਸ ਨੂੰ ਵੀ ਵੱਡਾ ਨਾਗਰਿਕ ਅਵਾਰਡ ਮੰਨਿਆ ਜਾਂਦਾ ਹੈ, ਉਸ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪਰ ਲਗਾਤਾਰ ਜਿਹੜੀ ਮੰਗ ਕੀਤੀ ਜਾ ਰਹੀ ਹੈ, ਇਸ ਵਾਰ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਮੇਜਰ ਧਿਆਨ ਚੰਦ ਹੋਣਾ ਨੂੰ ਕਿਉਂ ਨਾ ਭਾਰਤ ਰਤਨ ਅਵਾਰਡ ਦੇ ਦਿੱਤਾ ਜਾਵੇ। 2014 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਦੇ ਵਿੱਚ ਆਈ ਸੀ ਤਾਂ ਉਦੋਂ ਉਮੀਦਾਂ ਵੱਜੀਆਂ ਸੀ ਕਿ ਭਾਰਤ ਰਤਨ ਅਵਾਰਡ ਮੇਜਰ ਧਿਆਨ ਚੰਦ ਕੋਲ ਜਾ ਸਕਦਾ ਹੈ। ਉਸ ਤੋਂ ਬਾਅਦ ਹੀ 2014 ਦੇ ਵਿੱਚ ਹੀ ਇਹ ਰਸਤਾ ਸਾਫ਼ ਹੋਇਆ ਸੀ ਕਿ ਖਿਡਾਰੀਆਂ ਨੂੰ ਵੀ ਦੇਸ਼ ਦਾ ਇੱਕ ਇਹ ਵੱਡਾ ਅਵਾਰਡ ਦਿੱਤਾ ਜਾ ਸਕਦਾ ਹੈ। ਉਦੋਂ ਆਸ ਕੀਤੀ ਜਾ ਰਹੀ ਸੀ ਇੱਕ ਇਸ ਅਵਾਰਡ ਨੂੰ ਲੈਣ ਵਾਲੇ ਜਿਹੜੇ ਦੇਸ਼ ਦੇ ਪਹਿਲੇ ਖਿਡਾਰੀ ਮੇਜਰ ਧਿਆਨ ਚੰਦ ਹੀ ਹੋਣਗੇ, ਪਰ ਬਾਅਦ ਦੇ ਵਿੱਚ ਇਹ ਅਵਾਰਡ ਭਾਰਤ ਦੇ ਸਭ ਤੋਂ ਵੱਡੇ ਕ੍ਰਿਕਟਰ ਗਿਣੇ ਜਾਂਦੇ ਸਚਿਨ ਤੰਦੂਲਕਰ ਨੂੰ ਦੇ ਦਿੱਤਾ ਗਿਆ। ਹੁਣ ਤੱਕ ਭਾਰਤ ਰਤਨ ਅਵਾਰਡ ਜੇ ਕਿਸੇ ਖਿਡਾਰੀ ਨੂੰ ਮਿਲਿਆ ਤਾਂ ਉਹ ਇੱਕ ਮਾਤਰ ਖਿਡਾਰੀ ਨੇ, ਕ੍ਰਿਕਟਰ ਸਚਿਨ ਤੰਦੂਲਕਰ। ਜੇ ਮੇਜਰ ਧਿਆਨ ਚੰਦ ਦੇ ਜੀਵਨ ਨੂੰ ਦੇਖਦੇ ਹਾਂ ਤਾਂ 1905 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਪਹਿਲਾਂ ਉਹ ਫੌਜ ਦੇ ਵਿੱਚ ਸਨ, ਭਾਰਤੀ ਫੌਜ ਦੇ ਵਿੱਚ, ਫਿਰ ਉੱਥੇ ਹਾਕੀ ਦੀ ਜਿਹੜੀ ਸਿਖਲਾਈ ਲੈਂਦੇ ਸਨ, ਪ੍ਰੈਕਟਿਸ ਕਰਿਆ ਕਰਦੇ ਸਨ ਅਤੇ ਉਹਨਾਂ ਦੀ ਟੀਮ ਜਿਹੜੀ ਚੋਣ ਹੈ ਫਿਰ ਭਾਰਤ ਦੀ ਹਾਕੀ ਟੀਮ ਦੇ ਵਿੱਚ ਹੁੰਦੀ ਹੈ। ਉਹਨਾਂ ਨੇ ਲਗਾਤਾਰ ਭਾਰਤ ਨੂੰ 3 ਓਲੰਪਿਕ ਖੇਡਾਂ ਦੇ ਵਿੱਚ 3 ਸੋਨੇ ਦੇ ਮੈਡਲ ਦਿਵਾਏ ਸਨ। ਉਸ ਤੋਂ ਬਾਅਦ ਹੀ ਉਹਨਾਂ ਦੀ ਪਹਿਚਾਣ ਬਣੀ। ਉਹਨਾਂ ਦੀ ਖੇਡ, ਉਹਨਾਂ ਦੀ ਹਾਕੀ ਦੇ ਵਿੱਚ ਇੰਨਾ ਹੁਨਰ ਸੀ ਕਿ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਤਾਨਾਸ਼ਾਹ ਹਿਟਲਰ ਵੀ ਉਹਨਾਂ ਦਾ ਫੈਨ ਹੋ ਗਿਆ ਸੀ। ਕ੍ਰਿਕਟਰ ਬ੍ਰੈਡ ਡੋਨਮੈਨ ਵੀ ਉਹਨਾਂ ਦੇ ਫੈਨ ਸਨ। ਹਿਟਲਰ ਨੇ ਉਹਨਾਂ ਨੂੰ ਪੇਸ਼ਕਸ਼ ਕੀਤੀ ਸੀ ਕਿ ਉਹ ਜਰਮਨੀ ਦੇ ਵੱਲੋਂ ਆ ਕੇ ਖੇਡਣ, ਪਰ ਹਿਟਲਰ ਦੀ ਪੇਸ਼ਕਸ਼ ਨੂੰ ਮੇਜਰ ਧਿਆਨ ਚੰਦ ਨੇ ਦੇਸ਼ ਪ੍ਰੇਮ ਦੇ ਵਿੱਚ ਆ ਕੇ ਠੁਕਰਾ ਦਿੱਤਾ ਸੀ। ਪਰ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਮੇਜਰ ਧਿਆਨ ਚੰਦ ਹੋਣਾ ਨੂੰ ਆਖਰ ਕਦੋਂ ਭਾਰਤ ਰਤਨ ਅਵਾਰਡ ਮਿਲੇਗਾ। ਲਗਾਤਾਰ ਉਹਨਾਂ ਨੂੰ ਮੰਗ ਕੀਤੀ ਜਾ ਰਹੀ ਹੈ, ਉਹਨਾਂ ਦੇ ਪੁੱਤਰ ਵੱਲੋਂ ਵੀ ਇਹ ਮੰਗ ਕੀਤੀ ਗਈ ਹੈ। ਔਰ ਉਹਨਾਂ ਨੇ ਕਿਹਾ ਕਿ ਹੁਣ ਲੱਗਦਾ ਉਮੀਦਾਂ ਖਤਮ ਹੁੰਦੀਆਂ ਜਾ ਰਹੀਆਂ ਨੇ, ਹੁਣ ਨਹੀਂ ਲੱਗਦਾ ਕਿ ਮੇਜਰ ਧਿਆਨ ਚੰਦ ਹੋਣਾ ਨੂੰ ਭਾਰਤ ਰਤਨ ਅਵਾਰਡ ਦਿੱਤਾ ਜਾਵੇਗਾ। ਹੁਣ ਜਦੋਂ ਫਿਰ ਦੇਸ਼ 29 ਤਰੀਕ ਨੂੰ ਉਹਨਾਂ ਦੇ ਜਨਮ ਦਿਨ ਦੇ ਮੌਕੇ ਰਾਸ਼ਟਰੀ ਖੇਡ ਦਿਵਸ ਮਨਾ ਰਿਹਾ ਹੈ ਤਾਂ ਉਮੀਦਾਂ ਫਿਰ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਭਾਰਤ ਰਤਨ ਅਵਾਰਡ ਦੇਣ ਦਾ ਐਲਾਨ ਕੀਤਾ ਜਾਵੇ। ਹੁਣ ਇਸ ਵਾਰ ਜਿਹੜੀਆਂ ਹਾਕੀ ਪ੍ਰੇਮੀਆਂ ਦੀਆਂ ਉਮੀਦਾਂ ਨੇ, ਖੇਡ ਪ੍ਰੇਮੀਆਂ ਦੀਆਂ ਉਮੀਦਾਂ ਨੇ ਕਿ ਉਹ ਉਮੀਦਾਂ ਪੂਰੀਆਂ ਹੁੰਦੀਆਂ ਹਨ ਜਾਂ ਨਹੀਂ, ਪਰ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਮੇਜਰ ਧਿਆਨ ਚੰਦ ਹੋਣਾ ਨੂੰ ਭਾਰਤ ਰਤਨ ਅਵਾਰਡ ਦੇਣਾ ਚਾਹੀਦਾ। ਇਸ ਦੇ ਉੱਪਰ TVNRI ਸਪੋਰਟਸ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ, ਆਓ ਤੁਹਾਨੂੰ ਰਿਪੋਰਟ ਦਿਖਾਉਂਦੇ ਹਾਂ। 29 ਅਗਸਤ ਦੇ ਦਿਨ 1905 ਦੇ ਵਿੱਚ ਜਨਮ ਹੋਇਆ ਸੀ ਧਿਆਨ ਚੰਦ, ਜੋ ਹਾਕੀ ਦੇ ਜਾਦੂਗਰ ਬਣੇ। ਧਿਆਨ ਚੰਦ ਦੇ ਸਨਮਾਨ ਦੇ ਵਿੱਚ ਉਹਨਾਂ ਦੇ ਜਨਮ ਦਿਨ ਯਾਨੀ ਕਿ 29 ਅਗਸਤ ਨੂੰ ਰਾਸ਼ਟਰੀ ਖੇਲ ਦਿਵਸ ਦੇ ਰੂਪ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਧਿਆਨ ਚੰਦ ਦਾ 29 ਅਗਸਤ ਦੇ ਦਿਨ ਹੀ 1905 ਦੇ ਵਿੱਚ ਜਨਮ ਹੋਇਆ ਸੀ। ਦੇਸ਼ ਉਹਨਾਂ ਦੀ 115ਵੀਂ ਜਯੰਤੀ ਮਨਾ ਰਿਹਾ ਹੈ। ਮੇਜਰ ਧਿਆਨ ਚੰਦ ਦੇ ਸਨਮਾਨ ਦੇ ਵਿੱਚ ਉਹਨਾਂ ਦੇ ਜਨਮ ਦਿਨ ਯਾਨੀ ਕਿ 29 ਅਗਸਤ ਨੂੰ ਰਾਸ਼ਟਰੀ ਖੇਲ ਦਿਵਸ ਦੇ ਰੂਪ ਦੇ ਵਿੱਚ ਇਸ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਹਰ ਸਾਲ ਖੇਡਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ, ਉਹਨਾਂ ਨੂੰ ਪੁਰਸਕਾਰ ਦਿੱਤੇ ਜਾਂਦੇ ਨੇ। ਧਿਆਨ ਚੰਦ ਦਾ ਸਫ਼ਰ ਭਾਰਤੀ ਖੇਡ ਇਤਿਹਾਸ ਦੇ ਵਿੱਚ ਗੌਰਵਮਈ ਹੈ। ਹਰ ਸਾਲ ਧਿਆਨ ਚੰਦ ਦੀ ਜਯੰਤੀ 'ਤੇ ਖੇਡ ਜਗਤ ਉਹਨਾਂ ਦੇ ਲਈ ਭਾਰਤ ਰਤਨ ਦੀ ਮੰਗ ਕਰਦਾ ਹੈ। ਮੇਜਰ ਧਿਆਨ ਚੰਦ ਨੂੰ 1956 ਦੇ ਵਿੱਚ ਦੇਸ਼ ਦੇ ਤੀਸਰੇ ਦਰਜੇ ਦਾ ਸਰਵੋੱਚ ਨਾਗਰਿਕ ਸਨਮਾਨ ਯਾਨੀ ਕਿ ਪਦਮਾ ਭੂਸ਼ਣ ਦਿੱਤਾ ਗਿਆ, ਲੇਕਿਨ ਸਰਵੋੱਚ ਸਨਮਾਨ ਭਾਰਤ ਰਤਨ ਦੇ ਲਈ ਉਹਨਾਂ ਦੇ ਨਾਮ ਦੀ ਕਈ ਵਾਰ ਅਣਦੇਖੀ ਕੀਤੀ ਗਈ ਹੈ।
ਭਾਰਤ ਰਤਨ ਦਲੀਪ ਮੇਜਰ ਧਿਆਨ ਚੰਦ ਦੇ ਨਾਮ ਦੀ ਅਨੁਸ਼ੰਸਾ UPA ਸਰਕਾਰ ਦੇ ਵਿੱਚ ਖੇਡ ਮੰਤਰੀ ਰਹੇ ਅਜਨ ਮਾਕਨ ਅਤੇ ਮੌਜੂਦਾ ਭਾਜਪਾ ਸਰਕਾਰ ਦੇ ਵਿੱਚ ਖੇਡ ਮੰਤਰੀ ਰਹੇ ਵਿਜੇ ਗੋਇਲ ਨੇ 2017 ਦੇ ਵਿੱਚ ਕੀਤੀ ਸੀ। ਇਸ ਤੋਂ ਇਲਾਵਾ ਸਾਬਕਾ ਓਲੰਪੀਅਨਸ ਨੇ ਵੀ 2016 ਦੇ ਵਿੱਚ ਉਹਨਾਂ ਨੂੰ ਭਾਰਤ ਰਤਨ ਦੇ ਨਾਲ ਨਵਾਜਿਆ ਜਾਵੇ ਅਜਿਹੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। 2011 ਦੇ ਵਿੱਚ 80 ਤੋਂ ਵੱਧ ਸੰਸਦਾਂ ਨੇ ਧਿਆਨ ਚੰਦ ਨੂੰ ਇਹ ਸਨਮਾਨ ਦੇਣ ਦੀ ਮੰਗ ਕੀਤੀ ਸੀ। ਉਹਨਾਂ ਦੇ ਜੀਵਨ ਦਾ ਹਰ ਕੋਈ ਕਾਇਲ ਰਿਹਾ ਹੈ। ਉਹਨਾਂ ਦੇ ਜੀਵਨ ਦੇ ਨਾਲ ਖੇਡ ਜਗਤ ਦੀਆਂ ਕਈ ਯਾਦਾਂ ਜੁੜੀਆਂ ਹੋਈਆਂ ਨੇ। ਇੰਦਰਜੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।